ਅਸਲਾਮ ਅਲੈਕਮ ਕੀ ਹਾਲ ਚਾਲ ਆ ਵੀਰੋ ਸਭ ਠੀਕ ਠਾਕ ਆ ਤੁਸੀਂ ਸੋਚਦੇ ਹੋਣੇ ਇੱਕ ਗੱਲ ਕਿ ਇਸ ਯੂਨੀਫਾਰਮ ਕਹਿਤਾ ਸ਼ਰਟ ਦੇ ਵਿੱਚ ਫਿਰ ਇਹਨੇ ਬਣਾ ਰਿਹਾ ਵੀਡੀਓ ਭਾਈ ਜੀ ਮੇਰੇ ਕੋਈ ਪਲੈਨ ਨਹੀਂ ਸੀ ਅੱਜ ਵੀਡੀਓ ਬਣਾਉਣ ਦਾ ਆਪਣੇ ਕਜ਼ਨ ਦੇ ਨਾਲ ਜਾ ਰਿਹਾ ਵਾਂ ਦੁਬਈ ਮੌਲ ਉੱਥੇ ਖਾਣਾ ਖਾਣ ਲਈ ਅਤੇ ਨਹਿਰੇ ਦਿਨ ਜਿੱਕੋ ਦਾ ਮਾਇਆ ਗੱਲਾਂ ਕਰਦੇ ਕਰਦੇ ਮੈਂ ਕਿਹਾ ਚਲੋ ਵੀਡੀਓਜ਼ ਬਣਾ ਕੇ ਆਪਣੇ ਭਰਾਵਾਂ ਨੂੰ ਵੀ ਮੈਂ ਦੱਸਾਂ ਸੇ ਦੁਬਈ ਦੇ ਮੌਲ ਦੇ ਵਿੱਚ ਆਪਣੇ ਕਿਹੜੇ ਕਿਹੜੇ ਜਿਹੜੇ ਨਾ ਅੱਛੇ ਕੁਝ ਹੈ ਨੇ ਖਾਣੇ ਵਾਲੇ ਅਤੇ ਉਸ ਤੋਂ ਬਾਅਦ ਆਪਾਂ ਹੁਣ ਜਾ ਰਹੇ ਮਾਸ਼ਾਅੱਲਾ ਨੇ ਕਰੀਬ ਇੱਥੇ ਦੁਬਈ ਮੌਲ ਅਤੇ ਉਸ ਤੋਂ ਬਾਅਦ ਖਾਣਾ ਤਾਂ ਦਿਖਾਵਾਂਗੇ ਅਤੇ ਲੋਕ ਦਿਖਾਵਾਂਗੇ ਜ਼ਿਆਦਾ ਨਹੀਂ ਵਿਖਾ ਸਕਦਾ ਕਿਉਂਕਿ ਡਰ ਲੱਗਦਾ ਵਾ ਹਾਲੇ ਮੈਂ ਨਵਾਂ ਨਵਾਂ ਇਹ ਕੰਮ ਸਟਾਰਟ ਕੀਤਾ ਵਾ ਇਸ ਲਈ ਇਸ ਟਾਈਮ ਆਪਾਂ ਦੁਬਈ ਮੌਲ ਦੇ ਅੰਦਰ ਆ ਗਏ ਹਾਂ ਜੀ ਅਤੇ ਬਸ ਜਾ ਰਹੇ ਹਾਂ ਮਾਰਚ ਉੱਤੇ ਕਰ ਰਹੇ ਹਾਂ ਡਰ ਲੱਗ ਰਿਹਾ 3000 ਦੇ ਫਾਈਨ ਤੋਂ ਸਮੇਂ ਲੱਗੀ ਕਿ ਨਹੀਂ ਠੀਕ ਆ ਗੇਮ ਆ ਹਾਂਜੀ ਗਾਈਸ ਅੱਜ ਤੁਹਾਨੂੰ ਅਸੀਂ ਜਿਹੜਾ ਨਾ ਦੁਬਈ ਮੌਲ ਦਾ ਥੋੜ੍ਹਾ ਜਿਹਾ ਸੀਨ ਦਿਖਾਵਾਂਗੇ ਜ਼ਿਆਦਾ ਨਹੀਂ ਵਿਖਾਵਾਂਗੇ ਕਿਉਂਕਿ ਦੁਬਈ ਮੌਲ ਜਿਹੜਾ ਹੈ ਬਹੁਤ ਹੀ ਵੱਡਾ ਵਾ ਐਡਾ ਕੁ ਵੱਡਾ ਤੁਹਾਡੀ ਸੋਚ ਨਹੀਂ ਹੈਗੀ ਇਹ ਮਿਊਜ਼ਿਕ ਵਾਲੇ ਜਿਹੜੇ ਸਪੀਕਰ ਨੇ ਸਫਾਈ ਕਰਨ ਵਾਲੇ ਸੋਰੀ ਭਾਈ ਮੈਨੂੰ ਮਾਫ ਕਰਨਾ ਕੋਈ ਮੂੰਹ ਤੋਂ ਗਲਤ ਗੱਲ ਨਿਕਲ ਜਾਵੇ ਸੋ ਇਹ ਹੈਗਾ ਵਾ ਜੀ ਮਾਲ ਔਰ ਇਹਨਾਂ ਬਹੁਤ ਖੂਬਸੂਰਤ ਸਜਾਇਆ ਅਗਰ ਮੈਂ ਦੁਬਈ ਮੌਲ ਦੇ ਬਾਰੇ ਵੀਡੀਓਜ਼ ਬਣਾਉਣਾ ਸ਼ੁਰੂ ਕਰਾਂ ਹੁਣ ਅਸੀਂ ਜਾ ਰਹੇ ਹਾਂ ਆਪਣਾ ਫੂਡ ਮਾਰਕੀਟ ਦੇ ਵਿੱਚ ਅਲ ਬਗਦਾਦੀ ਰੈਸਟੋਰੈਂਟ ਆ ਅਲ ਬਗਦਾਦੀ ਹੈ ਨਾ ਬਗਦਾਦੀ ਐਸਾ ਕੋਈ ਰੈਸਟੋਰੈਂਟ ਆ ਅਤੇ ਬਹੁਤ ਹੀ ਨਾਈਸ ਰੈਸਟੋਰੈਂਟ ਆ ਇਹਨਾਂ ਦਾ ਖਾਣਾ ਸੁਣਿਆ ਵਾਂ ਮੈਂ ਖਾਧਾ ਨਹੀਂ ਤੁਹਾਡੇ ਨਾਲ ਜਾ ਕੇ ਸ਼ੇਅਰ ਕਰਦਾ ਵਾਂ ਕਦੀ ਵੀ ਦੁਬਈ ਮੌਲ 'ਚ ਆਓ ਅਤੇ ਜ਼ਰੂਰ ਉੱਥੇ ਖਾਣਾ ਖਾਇਓ ਆਪਾਂ ਚੈੱਕ ਕਰਦੇ ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਵਾਂ ਕਿੱਦਾਂ ਨਹੀਂ ਹੈਗਾ ਠੀਕ ਹੈ ਨਾ ਅਤੇ ਪੰਜਾਬੀ 'ਚ ਬਣਾਉਣ ਦਾ ਵੀਡੀਓ ਇਹੀ ਮਕਸਦ ਆ ਕਿ ਮੇਰੇ ਜਿੰਨੇ ਵੀ ਭੈਣ ਭਰਾ ਨੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਪੰਜਾਬੀ ਸਮਝ ਲੱਗੇ ਕਿਉਂਕਿ ਸਾਡੀ ਜ਼ਬਾਨ ਇਹ ਆ ਅਤੇ ਜ਼ਿਆਦਾ ਲੋਕ ਇੰਗਲਿਸ਼ ਬੋਲਦੇ ਆ ਅਸੀਂ ਵੀ ਬੋਲਦੇ ਹਾਂ ਅਤੇ ਉਹਨਾਂ ਦੇ ਵਿੱਚ ਇਹ ਆ ਕਿ ਤੁਸੀਂ ਆਪਣਾ ਉਹ ਜ਼ਬਾਨ ਆ ਉਹ ਕਿ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਇਸ ਟਾਈਮ ਮੈਂ ਲਾਈਨ 'ਚ ਲੱਗਾ ਹੋਇਆ ਵਾਂ ਠੀਕ ਆ ਜੀ ਅਤੇ ਰਸ਼ ਦੇਖੋ ਕਿੰਨਾ ਵਾ ਜੀ ਠੀਕ ਆ ਇਹ ਸਾਰਾ ਰਸ਼ ਆ ਔਰ ਅੱਗੇ ਵੀ ਰਸ਼ ਹੈਗਾ ਵਾ ਇਸ ਟਾਈਮ ਇੱਧਰ ਲਾਈਨ ਦੇ ਵਿੱਚ ਲੱਗਾ ਹੋਇਆ ਵਾਂ ਫਾਈਨਲੀ ਆਪਾਂ ਫੂਡ ਲੈ ਲਿਆ ਜੀ ਠੀਕ ਆ ਅਤੇ ਹੁਣ ਆਪਣਾ ਕੀ ਉਹਦਾ ਨਾਮ ਆ ਜਾ ਰਹੇ ਹਾਂ ਬਹਿ ਕੇ ਖਾਵਾਂਗੇ ਦੇਖੀਏ ਮੇਰਾ ਕਜ਼ਨ ਕਿੱਥੇ ਆ ਮੈਂ ਉਹਨੂੰ ਕਿਹਾ ਵੀਡੀਓ ਬਣਾ ਲਾ ਕਹਿੰਦਾ ਨਹੀਂ ਮੈਂ ਨਹੀਂ ਬਣਾਉਣੀ ਸ਼ਰਮ ਆਉਂਦੀ ਮੈਂ ਕੋਈ ਗੱਲ ਨਹੀਂ ਵੀਰੇ ਫਾਈਨਲੀ ਇਹ ਜੀ ਫੂਡ ਹੈ ਜੀ ਇਹ ਕਿਹੜਾ ਜੀ ਬਗਦਾਦੀ ਅਲਬੈਕ ਠੀਕ ਹੈ ਜੀ ਹੈਲੋ ਜੀ ਸਟਾਰਟ ਕਰਨ ਲੱਗੇ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਲਾਈਫ ਯਾਰ ਟੇਸਟ ਹੈ ਬਾ ਜੀ ਹੁਣ ਥੋੜ੍ਹਾ ਜਿਹਾ ਖਾ ਲਈਆ ਵਾ ਫਿਰ ਤੁਹਾਨੂੰ ਦੱਸਾਂਗੇ ਬਾਕੀ ਕਿੱਦਾਂ ਦਾ ਫਾਈਨਲੀ ਯਕੀਨ ਕਰੋ ਮੈਂ ਇਹ ਨਹੀਂ ਕਹਾਂਗਾ ਕਸਮ ਕੁਸਮ ਤਾਂ ਬੰਦਾ ਨਹੀਂ ਬੰਦਾ ਚੱਕਦਾ ਪਰ ਯਕੀਨ ਕਰੋ ਕੇ ਐਫ ਸੀ ਨੂੰ ਚਪੇੜਾ ਮਾਰਦੀ ਹੈ ਚਪੇੜਾ ਦੁਬਈ ਮੌਲ 'ਚ ਜਦੋਂ ਵੀ ਆਓ ਪਲੀਜ਼ ਇੱਥੋਂ ਇਹ ਚਿਕਨ ਖਾ ਕੇ ਜਾਓ ਠੀਕ ਆ ਇਹਨੂੰ ਟੇਸਟ ਕਰੋ ਤੁਸੀਂ ਬਹੁਤ ਹੀ ਇੰਜੋਏ ਕਰੋ ਮੇਰੇ ਕਜ਼ਨ ਨੇ ਅੱਜ ਕਰਵਾਇਆ ਪਰ ਉਹ ਕਹਿੰਦਾ ਮੇਰਾ ਚਿਹਰਾ ਨਾ ਲਿਆਈ ਉਹਨੂੰ ਸ਼ਰਮ ਆਉਂਦੀ ਹੈ ਇੱਕ ਦਿਨ ਆਪਾਂ ਨੂੰ ਲੈ ਕੇ ਆਵਾਂਗੇ ਅਤੇ ਸ਼ੁਕਰੀਆ ਦੁਆਵਾਂ 'ਚ ਯਾਦ ਰੱਖਣਾ ਔਰ ਆਪਣੇ ਚੈਨਲ ਦਾ ਵੀ ਖਿਆਲ ਰੱਖਣਾ ਔਰ ਸਾਡਾ ਵੀ ਰੱਖਣਾ